हां जी सब्सक्राइब करो पंजाबी रील बने कंठे नु थोड़ी भावना जी नाल दबो ता जो कोई भी वीडियो रह ना जावे मालको जिथे भी ए जान पंजाबी नवा पंजाब वसाउंदे ने गल ता भाई ये सही है तो पग अज अपनी वधिया कैंट चलो फिर करिए शुरू आ जाओ भाई सो व्हाटएवर व्हाट यू वांट व्हाट यू वांट हाँ What's up people ਤਾਂ ਜੀ ਆਇਆਂ ਸਾਡੇ ਚੈਨਲ ਤੇ ਜਿਹਦਾ ਨਾਮ ਹੈ ਪੰਜਾਬੀ ਰੀਲ ਮੈਂ ਤੁਹਾਡਾ ਦੋਸਤ ਮੀਸ ਸਿੰਘ ਗਾਇਜ਼ ਮਿੱਤਰ ਪਿਆਰੇ ਹੋ ਕੀ ਹਾਲ ਚਾਲ ਨੇ ਤੁਹਾਡੇ ਸਭ ਠੀਕ ਹੋ ਭਾਜੀ ਮੈਂ ਵੀ ਘੈਂਟ ਹਾਂ ਬੜੀ ਤੇਜ਼ ਤੇਜ਼ ਹੋ ਗਿਆ ਅੱਜ ਦਾ ਚਲੋ ਕੋਈ ਗੱਲ ਨਹੀਂ ਲੈ ਕੇ ਹਾਜ਼ਰ ਹੋ ਗਿਆ ਇੱਕ ਬੜੀ ਹੀ ਘੈਂਟ ਵੀਡੀਓ ਦਾ ਟ੍ਰੇਲਰ ਦਾ ਫਿਲਮ ਦਾ ਟ੍ਰੇਲਰ ਨਹੀਂ ਫਿਲਮ ਦੀ ਵੀਡੀਓ ਦਾ ਟ੍ਰੇਲ ਨਹੀਂ ਟ੍ਰੇਲਰ ਰਿਐਕਸ਼ਨ ਫਿਲਮ ਦਾ ਨਵੀਂ ਫਿਲਮ ਦਾ ਸੋ ਫਿਲਮ ਦਾ ਨਾਮ ਹੈ ਜੀ ਸਰਦਾਰ ਮੁਹੰਮਦ ਪੰਜਾਬੀ ਫਿਲਮ ਹੈ ਇਹ ਕੱਲ ਹੀ ਇਹਦਾ ਜੋ ਟ੍ਰੇਲਰ ਹੈ ਲਾਂਚ ਹੋਇਆ ਤਰਸੇਮ ਜੱਸੜ ਦੀ ਇਹ ਫਿਲਮ ਹੈ ਉਹਨਾਂ ਦੀ ਸੈਕਿੰਡ ਫਿਲਮ ਹੈ ਪਹਿਲੀ ਫਿਲਮ ਸੀ ਉਹਨਾਂ ਦੀ ਰੱਬ ਦਾ ਰੇਡੀਓ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਸੋ ਅੱਜ ਆਪਾਂ ਉਹਨਾਂ ਦੀ ਜੋ ਦੂਜੀ ਫਿਲਮ ਆ ਉਹਦਾ ਆਪਾਂ ਟ੍ਰੇਲਰ ਦੇਖਣ ਲੱਗੇ ਹਾਂ ਅਤੇ ਉਸ ਤੋਂ ਬਾਅਦ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਡਿਸਕਸ਼ਨ ਕਰਾਂਗੇ ਰਿਵਿਊ ਕਰਾਂਗੇ ਰਿਐਕਸ਼ਨ ਦੇਵਾਂਗੇ ਸੋ ਅੱਗੇ ਵਧਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਉਹਦੇ ਬਣੇ ਕੰਟੈਂਟ ਨੂੰ ਥੋੜ੍ਹੇ ਧਾਰਮਿਕ ਜੇ ਹੋ ਕੇ ਚੱਪਲਾਂ ਲਾ ਕੇ ਸਿਰ ਢੱਕ ਕੇ ਪੱਗ ਬੰਨ ਕੇ ਦਬਾਅ ਜ਼ਰੂਰ ਦੇਣਾ ਤਾਂ ਜੋ ਕੋਈ ਵੀ ਵੀਡੀਓ ਤੁਸੀਂ ਮੇਰੀ ਮਿਸ ਨਾ ਕਰ ਪਾਓ ਅਤੇ ਮੈਂ ਤੁਹਾਨੂੰ ਇੱਦਾਂ ਹੀ ਮਿਲਦਾ ਰਹਾਂ ਅਤੇ ਆਪਾਂ ਇੱਕ ਦੂਜੇ ਨਾਲ ਇੱਦਾਂ ਹੀ ਇੰਟਰੈਕਸ਼ਨ ਕਰਦੇ ਰਹੀਏ ਸੋ ਵਿਦਆਊਟ ਵੇਸਟਿੰਗ ਦਾ ਟਾਈਮ ਲੈਟਸ ਪਲੇ ਦਾ ਟ੍ਰੇਲਰ ਅਤੇ ਫਾਇੰਡ ਕਰਦੇ ਹਾਂ ਕਿ ਇਹਦੇ ਵਿੱਚ ਅਕਸਰ ਇੱਦਾਂ ਦਾ ਹੈਗਾ ਕੀ ਹੈ ਵਿਹਲੀ ਜਨਤਾ ਪ੍ਰਜੈਂਟਸ ਯਾਨੀ ਕਿ ਵਿਹਲੀ ਜਨਤਾ ਦੇ ਬੈਨਰ ਹੇਠ ਇਹ ਫਿਲਮ ਹੈ ਜੋ ਕਿ ਆਈ ਥਿੰਕ ਆਪ ਤਰਸੇਮ ਜੱਸੜ ਹੋਣਿਆਂ ਦੀ ਆਪਣੀ ਹੋਮ ਪ੍ਰੋਡਕਸ਼ਨ ਹੈ ਸੋ ਹੇਅਰ ਵੀ ਗੋ ਮੇਰਾ ਨਾਮ ਤੂੰ ਲੱਖ ਦਰਜੇ ਚੰਗਾ ਤੈਨੂੰ ਤੇਰੀ ਜਾਤ ਦਾ ਪਤਾ ਤੇਰਾ ਵਜੂਦ ਪਤਾ ਤੇ ਮੈਂ ਨਾ ਜਾਤ ਗੁਰੂ ਨਾਨਕ ਦੀ ਬਾਣੀ ਉਹ ਸਿੱਖ ਦੀਆਂ ਬਾਤਾਂ ਨੇ ਤਾਕਤ ਹਜ਼ਮ ਕਰਨ ਲਈ ਵੀ ਤਾਕਤ ਚਾਹੀਦੀ ਆ ਉਹਦੇ ਤੇ ਰੁਤਬੇ ਭਲਾਈ ਲਈ ਮਿਲਦੇ ਆ ਅੱਤ ਚੱਕਣ ਲਈ ਨਹੀਂ ਹਰੇਕ ਨੂੰ ਨੀ ਸੌਂਦੇ ਹੁੰਦੇ ਮੈਂ ਤਾਂ ਸੇਵਾ ਕਰਦਾ ਸੀ ਸੇਵਾ ਕਰਦੀ ਔਕਾਤ ਹੈ ਤੇਰੀ ਤੁਹਾਡੇ ਵਰਗੇ ਮੋਹਰੀ ਬੰਦੇ ਆਹ ਕੁਛ ਕਰਦੇ ਰਹੇ ਨਾ ਤਾਂ ਉਹ ਦਿਨ ਦੂਰ ਨੀ ਜਦੋਂ ਹਰੇਕ ਜ਼ਾਤ ਦਾ ਆਪਦਾ ਗੁਰਦੁਆਰਾ ਬਣਾਇਆ ਹੋਊਗਾ ਬਿਲਕੁਲ ਸਹੀ ਗੱਲ ਹੈ ਜੀ ਐਡਾ ਵੱਡਾ ਪਾਪ ਇਹਦੇ ਨਾਲ ਤਾਂ ਧਰਮ ਹੀ ਚੰਗੇ ਧਰਮ ਨਫ਼ਰਤ ਕਰਨਾ ਨਹੀਂ ਪਿਆਰ ਕਰਨਾ ਸਿਖਾਉਂਦਾ ਮਾਸੂਮਾਂ ਨੂੰ ਮਾਰਨਾ ਨਹੀਂ ਜੀਵਨ ਦਾਨ ਦੇਣਾ ਸਿਖਾਉਂਦਾ ਮੈਂ ਬਥੇਰਾ ਸਮਝਾਇਆ ਸੀ ਭਾਈ ਨੂੰ ਓਏ ਨਾ ਪਾਲੇ ਇਸ ਕਬੀਜ ਨੂੰ ਜਿਵੇਂ ਤੇਰੇ ਅਗਲੇ ਪਿਛਲੇ ਵਾਰ ਮੁੱਕ ਗਏ ਨਾ ਤੂੰ ਵੀ ਐਂ ਮਰ ਮੁੱਕ ਜਾਣਾ ਸੀ ਇਹੀ ਹੈ ਤੇਰੀ ਅਸਲੀ ਔਕਾਤ ਔਕਾਤ ਕੀ ਤੇਰਾ ਤਾਂ ਕੋਈ ਵਜੂਦ ਹੀ ਨਹੀਂ ਹੈ ਚੱਲ ਚੋਰੀ ਖਾ ਬੀਜੇ ਬੱਜਰ ਜ਼ਮੀਨ ਜੋੜ ਹੱਸਦੇ ਨਹੀਂ ਪੁੱਟੜੇ ਮੈਂ ਪਾਕਿਸਤਾਨ ਜਾਣਾ ਓਏ ਬੇਚੈਨ ਜ਼ਿੰਦਗੀ ਹੈ ਲੱਗਦਾ ਨਾ ਜੀਏ ਸਹੀ ਹੈ ਯਾਰ ਕਿੰਜ ਬਾਟ ਟਾਪਾਏ ਜੀ ਕਿਤੇ ਸੁਰਗ ਤੇਰੀ ਫਟ ਕੇ ਆਏ ਇੱਕ ਗੱਲ ਦਾ ਤੇ ਮੈਨੂੰ ਯਕੀਨ ਹੈ ਕਿ ਸਰਦਾਰ ਬੰਦੇ ਹੋ ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ ਕਿੱਥੇ ਜਾ ਕੇ ਲੁੱਕ ਗਈ ਹੈ ਸਾਇ ਘਰ ਇੱਕ ਬੁੱਢੀ ਤੋਂ ਖਰੀਦਿਆ ਸੀ ਖੁਦ ਵੀ ਮੁੱਕਣੀ ਵਾਲੀ ਸੀ ਵਿਚਾਰੀ ਸ਼ਾਇਦ ਮੁੱਕੀ ਗਈ ਹੋਵੇ ਓ ਸ਼ਿਟ ਮੈਨੂੰ ਬਈ ਕੱਲ ਖੁਸ਼ਬੂ ਆਈ ਸੀ ਉਹਦੀ ਬੰਬੜਾ ਜਾਂ ਮੜਾ ਬਈ ਬਣ ਕੇ ਪਤਾ ਕਰ ਲੈ ਉਹ ਲੱਭ ਜਾਣੀ ਆ ਮੈਨੂੰ ਪਤਾ ਲੱਭ ਜਾਣੀ ਆ ਤੈਨੂੰ ਪੈਸੇ ਚਾਹੀਦੇ ਹੋਣੇ ਤੂੰ ਪੈਸੇ ਲੈ ਲੈ ਆ ਪੈਸੇ ਲੈ ਲੈ ਵੀਰੇ ਦਿਲ ਦਾ ਬਹੁਤ ਦਲੇਰ ਤੇ ਅਸਮੁੱਖ ਬੰਦਾ ਸੀ ਪਰ ਹੁਣ ਬੁਰੀ ਤਰ੍ਹਾਂ ਟੁੱਟ ਗਿਆ ਨਾ ਮੇਰਾ ਪੱਪੀ ਨੇ ਵਰਗਾ ਯਾਰ ਆ ਮੇਰਾ ਉਹਨੂੰ ਜੋ ਚਾਹੀਦਾ ਉਹ ਦੇ ਦੇ ਬਸ ਤੜਪਾ ਨਾ ਵਿਚਾਰੇ ਤੁਹਾਡਾ ਬੀਜੀ ਮੈਂ ਦੇਣ ਕਈ ਜਨਮ ਨਹੀਂ ਦੇ ਸਕਦਾ ਤੁਸੀਂ ਇੱਕ ਮਿੱਟੀ ਜਿਹਦੇ ਕੋਈ ਪਛਾਣ ਨਹੀਂ ਕੋਈ ਵਜੂਦ ਨਹੀਂ ਉਹਨੂੰ ਐਡੇ ਵੱਡੇ ਘਰ ਦਾ ਸਰਦਾਰ ਬਣਾ ਕੇ ਰੱਖਿਆ ਪਰ ਸਰਦਾਰ ਮੁਹੰਮਦ
ਅਨਐਕਸਪੈਕਟਡ ਗਾਈਜ਼, ਅਨਐਕਸਪੈਕਟਡ ਯਾਰ। ਤਰਸੇਮ ਜੱਸੜ ਦੀ ਐਕਟਿੰਗ ਬਿਲਕੁਲ ਅਨਐਕਸਪੈਕਟਡ ਯਾਰ, ਮੈਂ ਕਦੇ ਸੋਚਿਆ ਵੀ ਨਹੀਂ ਸੀ, ਨਾ ਹੀ ਕਦੇ ਇੱਦਾਂ ਦੀ ਉਮੀਦ ਕੀਤੀ ਗਈ ਸੀ। ਪਰ ਬਾਈ ਉਹਦਾ ਸ਼ੁਭਾ ਰੁਸਤਮ ਨਿਕਲੇ, ਉਹਨਾਂ ਇੰਨਾ ਟੈਲੈਂਟ ਹੈ ਯਾਰ, ਗਾਣੇ ਤਾਂ ਉਹਨਾਂ ਦੇ ਇੰਨੇ ਵਧੀਆ ਹੁੰਦੇ ਹੀ ਹੁੰਦੇ ਸੀ, ਪਰ ਉਹਨਾਂ ਨੇ ਆਪਣਾ ਜਿਹੜਾ ਐਕਟਿੰਗ ਦਾ ਜਾਦੂ ਵੀ ਉਹ ਵੀ ਪੂਰਾ ਚਲਾਤਾ। ਹੁਣ ਜਿਹੜੀ ਰੱਬ ਦਾ ਰੇਡੀਓ ਜੋ ਉਹਨਾਂ ਦੀ ਡੈਬਿਊ ਫਿਲਮ ਸੀ, ਉਹਦੇ ਵਿੱਚ ਚਲੋ ਆਪਾਂ ਦੇਖਿਆ ਉਹਨਾਂ ਦੀ ਪਹਿਲੀ ਫਿਲਮ ਸੀ, ਉਹਨਾਂ ਦੀ ਪਹਿਲੀ ਫਿਲਮ ਦੇ ਹਿਸਾਬ ਨਾਲ ਆਪਾਂ ਜੱਜ ਕਰ ਲਿਆ, ਬਟ ਆਹ ਫਿਲਮ ਵਿੱਚ ਬਹੁਤ ਹੀ ਜ਼ਿਆਦਾ ਇੰਪਰੂਵਮੈਂਟ ਹੈ ਗਾਈਜ਼। ਤੁਸੀਂ ਮੰਨੋਗੇ ਉਹਨਾਂ ਦੀ ਐਕਟਿੰਗ ਹੈ, ਜੋ ਇਹ ਕੋਨਸੈਪਟ ਹੈ ਔਸਮ ਭਾਜੀ ਔਸਮ, ਪੂਰਾ ਵੱਖਰਾ ਕੋਨਸੈਪਟ ਹੈ। ਇੱਕ ਯਤੀਮ ਬੱਚਾ ਹੁੰਦਾ ਅਤੇ ਉਹ ਇੱਧਰ, ਯਾਨੀ ਕਿ ਹੋ ਸਕਦਾ ਕਿ ਜਦੋਂ 1947 ਦੀ ਵੰਡ ਦੇ ਦੌਰਾਨ ਉਹ ਇੱਧਰ ਉੱਧਰ ਹੋ ਗਏ ਹੋਣ, ਕਿ ਮਾਂ ਪਿਓ ਉੱਧਰ ਰਹਿ ਗਏ ਹੋਣ ਅਤੇ ਬੱਚਾ ਇੱਧਰ ਆ ਗਿਆ ਹੋਵੇ, ਅਤੇ ਬਾਅਦ 'ਚ ਬਾਰਡਰ ਤੋਂ ਉਸ ਪਾਰ ਯਾਨੀ ਪਾਕਿਸਤਾਨ ਵਿੱਚ ਉਹ ਲੱਭਣ ਜਾਂਦਾ ਆਪਣੀ ਮਾਂ ਨੂੰ। ਸੋ ਕੋਨਸੈਪਟ ਬੜਾ ਹੀ ਵਧੀਆ ਹੈ, ਲੋਕਾਂ ਦੇ ਤਾਨੇ ਮੈਨੇ ਸਹਿੰਦਾ ਰਹਿੰਦਾ ਅਤੇ ਆਪਣੇ ਅੰਦਰੋਂ ਅੰਦਰ ਟੁੱਟ ਜਾਂਦਾ, ਦੁਖੀ ਹੋ ਜਾਂਦਾ, ਫਿਰ ਉਹ ਆਪਣੀ ਮਾਂ ਨੂੰ ਲੱਭਣ ਲਈ ਜਾਂਦਾ। ਸੋ ਕੋਨਸੈਪਟ ਬੜਾ ਹੀ ਇਮੋਸ਼ਨਲ ਹੈ ਗਾਈਜ਼, ਜੋ ਇੱਕ ਜੋ ਪੂਰਾ ਦਿਲ 'ਤੇ ਟੱਚ ਹੋਣ ਵਾਲਾ ਕੋਨਸੈਪਟ ਹੈ, ਜੋ ਇਹਦੇ ਵਿੱਚ ਗਾਣੇ ਆ। ਕੁਲਬੀਰ ਝਿੰਜਰ ਦਾ ਜਿਹੜਾ ਗਾਣਾ ਸੀਗਾ ਇੱਕ ਮਾਂ ਵਾਲਾ, ਸੁਪਨੇ ਵਿੱਚ ਰੋਂਦੀ ਦੇਖੀ ਮਾਂ, ਯਾਰ ਉਹ ਗਾਣੇ ਨੇ ਸੱਚੀ ਗਾਈਜ਼ ਮੰਨੋਗੇ ਨਹੀਂ ਤੁਸੀਂ, ਲੂਹ ਕੰਢੇ ਖੜ੍ਹੇ ਕਰਤੇ। ਉਹ ਇੰਨਾ ਇੰਨਾ ਫੀਲਿੰਗ ਵਾਲਾ ਗਾਣਾ ਸੀ, ਇੰਨਾ ਇਮੋਸ਼ਨਲੀ ਟੱਚ ਕਰਦਾ ਸਿੱਧਾ ਜਾ ਕੇ ਤੁਹਾਡੇ ਦਿਲ ਨੂੰ, ਅਤੇ ਇਹ ਚੀਜ਼ ਇੱਕ ਬਹੁਤ ਵਧੀਆ ਹੁੰਦੀ ਹੈ। ਕਿਉਂਕਿ ਜੇਕਰ ਆਪਾਂ ਐਕਟਿੰਗ ਦੀ ਗੱਲ ਕਰੀਏ ਤਾਂ ਐਕਟਿੰਗ ਤਰਸੇਮ ਜੱਸੜ ਨੇ ਬਹੁਤ ਵਧੀਆ ਕੀਤੀ ਹੈ। ਜੋ ਕੋਨਸੈਪਟ ਹੈ, ਜਿੰਨਾ ਵੀ ਵਿਹਲੀ ਜਨਤਾ ਦਾ ਟੀਮ ਵਰਕ ਹੈ, ਜੋ ਇਹਨਾਂ ਦੀ ਟੀਮ ਹੈ, ਟੀਮ ਵਰਕ ਬਹੁਤ ਵਧੀਆ, ਪੂਰਾ ਔਸਮ ਹੈ। ਅਤੇ ਹੋਪਸ ਹੋ ਕਿ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਪਸੰਦ ਆਊਗੀ, ਕਿਉਂਕਿ ਇਹ ਇੱਕ ਵੱਖਰੀ ਚੀਜ਼ ਆ ਅਤੇ ਇਹ ਆਪਾਂ ਨੂੰ ਪਸੰਦ ਕਰਨੀ ਵੀ ਚਾਹੀਦੀ ਹੈ। ਪੰਜਾਬੀ ਫਿਲਮ ਇੰਡਸਟਰੀ ਬਹੁਤ ਅੱਗੇ ਜਾ ਰਹੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਤੇ ਤੁਹਾਡੇ ਸਭ ਦੇ ਪਿਆਰ ਦੇ ਨਾਲ। ਇੱਦਾਂ ਹੀ ਪਿਆਰ ਕਰਦੇ ਰਹੋ, ਸਿਨੇਮੇ ਨੂੰ ਸਪੋਰਟ ਕਰਦੇ ਰਹੋ। ਦੂਜੀ ਫਿਲਮ ਹੈ ਜਿਹਦੇ ਵਿੱਚ ਪਾਕਿਸਤਾਨ ਦੇ ਪੰਜਾਬ ਅਤੇ ਇੰਡੀਆ ਦੇ ਪੰਜਾਬ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਆਪਸ ਵਿੱਚ ਪਿਆਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੀ ਪੰਜਾਬੀ ਫਿਲਮਾਂ ਵਿੱਚ ਤੁਹਾਡਾ ਲਾਹੌਰ ਦਿਖਾਇਆ ਜਾਂਦਾ, ਤੁਹਾਡੇ ਪਾਕਿਸਤਾਨ ਪੰਜਾਬ ਦੀਆਂ ਹੋਰ ਜਿਹੜੇ ਸ਼ਹਿਰ ਦਿਖਾਏ ਜਾਂਦੇ ਆ। ਹੁਣ ਦੇਖਾਂਗੇ ਕਿ ਇਸ ਫਿਲਮ ਵਿੱਚ ਕਿਹੜਾ ਸ਼ਹਿਰ ਦਿਖਾਇਆ ਗਿਆ ਅਤੇ ਉੱਥੋਂ ਦੇ ਲੋਕਾਂ ਦਾ ਕਲਚਰ ਦਿਖਾਇਆ ਗਿਆ, ਕਿੱਦਾਂ ਦਿਖਾਇਆ ਗਿਆ। ਹੁਣ ਜੇਕਰ ਆਪਾਂ ਗੱਲ ਕਰੀਏ ਫਿਲਮ ਦੇ ਟਾਈਟਲ ਦੀ, ਸਰਦਾਰ ਮੁਹੰਮਦ, ਹੁਣ ਇਹਦੇ ਵਿੱਚ ਕੀ ਹੈ ਕਿ ਉਹਦਾ ਨਾਮ ਸਰਦਾਰ ਮੁਹੰਮਦ ਆ। ਹੁਣ ਸਰਦਾਰ ਪੰਜਾਬੀ ਇੱਧਰ ਲਿਓਗੇ, ਮੁਹੰਮਦ ਤੁਹਾਡੇ ਪਾਕਿਸਤਾਨ ਪੰਜਾਬ ਦੇ ਹੋ ਗਏ, ਅਤੇ ਉਹਨਾਂ ਨੂੰ ਉਹਨਾਂ ਨੇ ਜੋੜ ਕੇ ਦਿਖਾਇਆ। ਸੋ ਤੁਸੀਂ ਇਸ ਤੋਂ ਆਈਡੀਆ ਲਗਾ ਸਕਦੇ ਹੋ ਕਿ ਫਿਲਮ ਇਹ ਕਿਸ ਬਿਹਾਫ 'ਤੇ ਆਉਣ ਵਾਲੀ ਹੈ, ਇਹਦੇ ਵਿੱਚ ਰੀਅਲ ਇਹਦਾ ਮੀਨਿੰਗ ਕੀ ਹੋਣ ਵਾਲਾ ਹੈ। ਮੈਸੇਜ ਇਹਦੇ ਵਿੱਚ ਬਹੁਤ, ਫਿਲਮ ਵਿੱਚ ਬਹੁਤ ਵਧੀਆ ਜਾ ਰਿਹਾ, ਅਤੇ ਤੁਸੀਂ ਸਭ ਜਾਣੇ ਇੰਜੋਏ ਕਰੋਗੇ, ਅਤੇ ਹੋਪਸ ਹੋ ਇਹ ਤੁਹਾਡੇ ਦਿਲਾਂ 'ਤੇ ਇੱਕ ਛਾਪ ਜ਼ਰੂਰ ਛੱਡ ਕੇ ਜਾਵੇਗੀ ਅਤੇ ਤੁਹਾਨੂੰ ਸੋਚਣ 'ਤੇ ਮਜਬੂਰ ਜ਼ਰੂਰ ਕਰੇਗੀ ਕਿ ਅਸੀਂ ਦੂਰ ਦੂਰ ਕਿਉਂ ਬੈਠੇ ਹਾਂ, ਚਾਹੇ ਬਾਰਡਰ ਤੋਂ ਉਸ ਪਾਰ ਹੋਈਏ ਚਾਹੇ ਇਸ ਪਾਰ ਹੋਈਏ, ਪਰ ਗਾਈਜ਼ ਆਪਾਂ ਦੂਰ ਕਿਉਂ ਆ। ਦੂਰੀਆਂ ਸਿਰਫ ਕਿਲੋਮੀਟਰਸ ਦੇ ਜ਼ਰੀਏ ਨਹੀਂ ਹੁੰਦੀਆਂ, ਦੂਰੀਆਂ ਦਿਲਾਂ ਤੋਂ ਹੁੰਦੀਆਂ। ਜੇਕਰ ਦਿਲ ਤੁਹਾਡੇ ਨੇੜੇ ਹੈ ਤਾਂ ਹੱਦਾਂ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ ਵੀਰੋ, ਅਤੇ ਪਿਆਰ ਨਾਲ ਰਿਹਾ ਕਰੋ। ਜੇਕਰ ਆਪਾਂ ਹੁਣ ਮੇਰੀਆਂ ਵੀਡੀਓਜ਼ 'ਤੇ ਆਪਾਂ ਕਮੈਂਟ ਦੇਖਦੇ ਹਾਂ ਜਿਹੜੇ ਕਿ ਲੋਕ ਕਹਿੰਦੇ ਕਿ ਮੀਡੀਆ ਨੇ ਕੀਤਾ, ਮੀਡੀਆ ਨੇ ਕੀਤਾ, ਮੀਡੀਆ ਗਲਤ ਦਿਖਾਉਂਦਾ। ਭਾਅ ਜੀ ਅੱਜ ਕੱਲ੍ਹ ਮੀਡੀਆ ਆਪਾਂ ਖੁਦ ਹਾਂ, ਆਪਣੇ ਕੋਲ ਸਭ ਜੋ ਕਹਿ ਲਓ ਕਿ ਰਾਈਟਸ ਹੈਗੇ ਆ, ਫੇਸਬੁੱਕ ਆ, ਟਵਿੱਟਰ ਆ, ਯੂਟਿਊਬ ਆ, ਬਹੁਤ ਬਹੁਤ ਸਾਰੇ ਜ਼ਰੀਏ ਹੈ ਭਾਅ ਜੀ। ਤੁਸੀਂ ਆਪ ਮੀਡੀਆ ਦੇ ਬੰਦੇ ਹੋ, ਤੁਸੀਂ ਬੋਲ ਸਕਦੇ ਹੋ, ਫੇਸਬੁੱਕ 'ਤੇ ਜੋ ਮਰਜ਼ੀ ਪੋਸਟ ਕਰ ਸਕਦੇ ਹੋ, ਤੁਹਾਨੂੰ ਪੂਰਾ ਹੱਕ ਹੁੰਦਾ। ਅਤੇ ਤੁਸੀਂ ਅੱਜ ਹੀ, ਮੈਂ ਜਿਹੜੇ ਇੱਧਰਲੇ ਪੰਜਾਬੀ ਵੀਰ ਆ ਅਤੇ ਉੱਧਰਲੇ ਪੰਜਾਬੀ ਵੀਰ ਆ, ਦੋਨਾਂ ਨੂੰ ਰਿਕੁਐਸਟ ਕਰਦਾ ਇੱਕ ਦੂਜੇ ਨੂੰ ਫੇਸਬੁੱਕ 'ਤੇ ਰਿਕੁਐਸਟਾਂ ਭੇਜੋ ਅਤੇ ਇੱਕ ਦੂਜੇ ਦੇ ਗੱਲਾਂ ਬਾਤਾਂ ਕਰੋ, ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਅਤੇ ਬਹੁਤ ਫਰਕ ਪਏਗਾ ਭਾਅ ਜੀ ਇਹਦੇ ਨਾਲ। ਤੁਸੀਂ ਪਲੀਜ਼ ਜ਼ਰੂਰ ਟਰਾਈ ਕਰੋ, ਠੀਕ ਹੈ ਜੀ। ਕਿੱਦਾਂ ਲੱਗੀ ਆਪਣੀ ਅੱਜ ਦੀ ਵੀਡੀਓ, ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਹੋਪਸ ਹੋ ਆਪਾਂ ਨੂੰ ਇਸ ਫਿਲਮ ਦੇ ਜਿਹੜੇ ਗਾਣੇ ਆ ਉਹ ਵੀ ਬਹੁਤ ਜਲਦੀ ਸੁਣਨ ਨੂੰ ਮਿਲ ਜਾਣ, ਅਤੇ ਫਿਲਮ ਇਹ ਕਾਫੀ ਜਲਦੀ ਆ ਰਹੀ ਹੈ। ਤੁਸੀਂ ਸਾਰੇ ਜਣੇ ਪਲੀਜ਼ ਜ਼ਰੂਰ ਦੇਖਿਓ ਅਤੇ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ, ਅਤੇ ਬਾਕੀ ਕਿੱਦਾਂ ਲੱਗੇ ਦੀ ਵੀਡੀਓ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ। ਹੈਸ਼ਟੈਗ ਬੀਆਰ ਲੈ ਕੇ ਤੁਸੀਂ ਆਪਣੀ ਕੋਈ ਰਿਕੁਐਸਟ ਕਰ ਸਕਦੇ ਹੋ। ਸੋਸ਼ਲ ਮੀਡੀਆ ਹੈਂਡਲਸ 'ਤੇ ਆਪਾਂ ਨੂੰ ਫੋਲੋ ਕਰ ਲਓ, ਨੀਚੇ ਤੁਹਾਨੂੰ ਸਾਰੇ ਦਿੱਤੇ ਹੋਏ ਆ, ਅਤੇ ਮੈਂ ਤੁਹਾਨੂੰ ਮਿਲੂੰਗਾ ਜੀ ਇੱਦਾਂ ਹੀ ਕਿਸੇ ਹੋਰ ਵੀਡੀਓ ਰਿਐਕਸ਼ਨ 'ਤੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।